ਯਿਸੂਗੀ। ਪਿਆਰਿਓ, ਅੱਜ ਅਸੀਂ ਫਿਰ ਵਿਚਾਰ ਕਰੀਏ ਪਾਕ ਤਸਲੀਸ ਖੁਦਾ ਦੇ ਬਾਰੇ, ਅਤੇ ਪਾਕ ਤਸਲੀਸ ਖੁਦਾ ਦੀ ਜੋ ਮਿਸ਼ਨ ਹੈ, ਇੱਕੋ ਖੁਦਾ ਉਸਦੀ ਮਿਸ਼ਨ ਹੈ, ਉਸਦੇ ਬਾਰੇ ਵਿਚਾਰ ਕਰੀਏ। ਪ੍ਰਾਰਥਨਾ ਕਰੀਏ ਕਿ ਪਰਮੇਸ਼ਵਰ ਸਾਨੂੰ ਆਪਣੀ ਰੋਸ਼ਨੀ ਦੇਵੇ ਕਿ ਪ੍ਰਭੂ ਦੇ ਬਾਰੇ ਸਮਝਣੇ ਕੇ ਲੀਏ ਪ੍ਰਭੂ ਹੀ ਸਾਨੂੰ ਆਪਣੀ ਰੋਸ਼ਨੀ ਦੇ ਸਕਦਾ ਹੈ। ਸਾਡੇ ਦਿਮਾਗ ਦੇ ਵਿੱਚ ਹਨੇਰਾ ਹੈ, ਪਰਮੇਸ਼ਵਰ ਦਾ ਵਚਨ ਸਾਨੂੰ ਰੋਸ਼ਨੀ ਦੇਵੇ ਅਤੇ ਇਸ ਨੂੰ ਸਮਝਣ ਦੇ ਵਿੱਚ ਉਹ ਸਾਡੀ ਮਦਦ ਕਰੇ। ਪਿਆਰੇ ਪ੍ਰਭੂ ਜੀ, ਤੇਰਾ ਧੰਨਵਾਦ ਕਰਦੇ ਹਾਂ, ਤੇਰੀ ਰੋਸ਼ਨੀ ਸਾਨੂੰ ਦੇ ਜੋ ਵਚਨ ਦੀ ਘੋਸ਼ਣਾ ਕਰਨ ਵਾਲੇ ਹੈ ਅਤੇ ਜੋ ਸੁਣਨ ਵਾਲੇ ਹੈ। ਇਹਨਾਂ ਦੁਆ ਉੱਤੇ ਆਪਣੀ ਆਤਮਾ ਅਤੇ ਆਪਣੀ ਰੋਸ਼ਨੀ ਚਮਕਾ ਤਾਂ ਕਿ ਤੇਰੇ ਬਾਰੇ ਯੋਗ ਰੀਤੀ ਨਾਲ ਬੋਲ ਸਕਣ ਅਤੇ ਸੁਣਨ ਵਾਲੇ ਸਹੀ ਢੰਗ ਦੇ ਨਾਲ ਸਮਝ ਸਕਣ। ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਪਿਆਰਿਓ, ਅੱਜ ਅਸੀਂ ਪਾਕ ਤਸਲੀਸ ਖੁਦਾ ਉੱਤੇ ਹੀ ਵਿਚਾਰ ਕਰਦੇ ਹਾਂ, ਪਰ ਅੱਜ ਅਸੀਂ ਇਹ ਦੇਖਣਾ ਹੈ ਜੋ ਪਾਕ ਤਸਲੀਸ ਖੁਦਾ ਇੱਕੋ ਖੁਦਾ ਹੈ। ਅਸੀਂ ਪਿੱਛੇ ਸੁਣਿਆ ਹੈ ਇੱਕ ਖੁਦਾ ਹੈ, ਇੱਕ ਖੁਦਾ ਵਿੱਚ ਤਿੰਨ ਸ਼ਖਸ ਹੈ, ਪਰ ਇਹ ਇੱਕ ਖੁਦਾ ਆਪਣੇ ਆਪ ਨੂੰ ਜਬ ਪ੍ਰਗਟ ਕਰਦਾ ਹੈ, ਇਸੇ ਤਰ੍ਹਾਂ ਪ੍ਰਗਟ ਕਰਨ ਦਾ ਕੋਈ ਉਦੇਸ਼ ਹੈ, ਕੋਈ ਮਿਸ਼ਨ ਹੈ, ਬੋਲਦਾ ਹੈ ਕਿਸ ਮਕਸਦ ਨਾਲ, ਕਿਸ ਉਦੇਸ਼ ਦੇ ਨਾਲ ਪਰਮੇਸ਼ੁਰ ਇਹ ਸਭ ਕੁਝ ਕਰਦਾ ਹੈ। ਪਰਮੇਸ਼ੁਰ ਦਾ ਜੋ ਸਵਰੂਪ ਹੈ, ਅਸੀਂ ਪਿੱਛੇ ਇਸ ਦੇ ਬਾਰੇ ਵਿਚਾਰ ਕੀਤਾ ਸੀ ਕਾਫੀ ਸਮੇਂ ਪਹਿਲਾਂ। ਪਰਮੇਸ਼ਵਰ ਪਿਆਰ ਹੈ ਕਿ ਪਰਮੇਸ਼ਵਰ ਦਾ ਸੁਭਾਵ ਹੀ ਪਿਆਰ ਹੈ, ਅਤੇ ਇਹ ਜੋ ਪਿਆਰ ਜੋ ਹੈ ਪਰਮੇਸ਼ਵਰ ਦੀ ਭਲਾਈ ਹੈ ਜੋ ਬਾਹਰ ਨਿਕਲ ਆਉਂਦਾ ਹੈ, ਅਤੇ ਜੋ ਜਹਾਂ ਕਹੀ ਵੀ ਪੂਰਨ ਤੌਰ 'ਤੇ ਪਿਆਰ ਹੈ, ਉੱਥੇ ਨਵਾਂ ਜੀਵਨ, ਨਵਾਂ ਤਰੀਕਾ, ਨਵਾਂ ਖੁਸ਼ੀ, ਇਹ ਸਭ ਪੈਦਾ ਹੁੰਦਾ ਹੈ। ਇਸੇ ਕਰਕੇ ਅੰਗਰੇਜ਼ੀ 'ਚ ਬੋਲਦਾ ਹੈ ਲਵ ਆਲਵੇਜ ਕ੍ਰੀਏਟਸ, ਗੋਡ ਲਵਸ ਐਂਡ ਗੋਡ ਕ੍ਰੀਏਟਸ ਬਿਕੋਸ ਗੋਡ ਇਜ਼ ਲਵ। ਪਰਮੇਸ਼ਵਰ ਸ੍ਰਿਸ਼ਟੀ ਜਾਂ ਰਚਨਾ ਇਸ ਲਈ ਕਰਦਾ ਹੈ ਕਿਉਂਕਿ ਪਰਮੇਸ਼ਵਰ ਪਿਆਰ ਹੈ। ਜੇਕਰ ਪਰਮੇਸ਼ਵਰ ਪਿਆਰ ਨਹੀਂ ਹੈ ਤਾਂ ਉਹ ਕੋਈ ਸ੍ਰਿਸ਼ਟੀ ਨਹੀਂ ਬਣਾਉਂਦੇ, ਉਹ ਨਵੀਂ ਚੀਜ਼ ਨਹੀਂ ਬਣਾਉਂਦੇ। ਅਤੇ ਕਿਉਂ ਇਹ ਨਵੀਂ ਚੀਜ਼ ਬਣਾਉਂਦਾ ਹੈ? ਉਸਦਾ ਉਦੇਸ਼ ਵੀ ਅਸੀਂ ਦੇਖਾ ਕਿ ਪਰਮੇਸ਼ਵਰ ਦਾ ਉਦੇਸ਼ ਇਹੀ ਹੈ ਕਿ ਉਸਕੀ ਜੋ ਮਹੱਤਵ ਹੈ, ਉਸਕੀ ਜੋ ਮਹਿਮਾ ਹੈ, ਉਸਕੀ ਜੋ ਭਲਾਈ ਹੈ, ਉਹ ਸਭ ਦੇ ਵਿੱਚ ਸ਼ਾਮਿਲ ਹੋਣ, ਸਭ ਮਿਲ ਕੇ ਉਸਦੀ ਭਲਾਈ ਦੀ ਅਨੁਭਵ ਕਰਨ। ਜਿਵੇਂ ਕਿ ਪਰਮੇਸ਼ਵਰ ਨੇ ਸਾਨੂੰ ਬਣਾਇਆ, ਇਸ ਲਈ ਬਣਾਇਆ, ਆਪਣੇ ਸਰੂਪ 'ਤੇ ਬਣਾਇਆ ਤਾਂ ਕਿ ਅਸੀਂ ਉਸਨੂੰ ਜਾਣਨ ਲਈ ਪਰਮੇਸ਼ਵਰ ਨੇ ਸਾਨੂੰ ਇਹੋ ਜਿਹਾ ਗੁਣ ਜਾਂ ਸਾਨੂੰ ਦਿਮਾਗ ਦੇ ਕੇ, ਸਾਨੂੰ ਬੁੱਧੀ ਦੇ ਕੇ, ਸਮਝਣ ਦੀ ਸ਼ਕਤੀ ਦੇ ਕੇ, ਸਾਡੇ ਆਪਣੀ ਮਰਜ਼ੀ ਸਾਨੂੰ ਦੇ ਕੇ, ਸਾਡੇ ਆਪਣੇ ਆਜ਼ਾਦੀ ਦੇ ਨਾਲ ਯਾਨੀ ਖੁੱਲ੍ਹੇ ਤੌਰ 'ਤੇ ਉਹੀ ਪਰਮੇਸ਼ੁਰ ਨੂੰ ਸਿਰਫ ਮੰਨਣਾ ਜਾਂ ਨਹੀਂ ਮੰਨਣਾ, ਇੱਥੋਂ ਤੱਕ ਉਸਨੇ ਸਾਨੂੰ ਆਜ਼ਾਦੀ ਦਿੱਤਾ ਹੈ। ਅਤੇ ਇਸ ਤਰੀਕੇ ਦੇ ਨਾਲ ਪਰਮੇਸ਼ੁਰ ਚਾਹੁੰਦਾ ਇਹੀ ਹੈ ਕਿ ਇਨਸਾਨ ਵੀ ਪਿਆਰ ਕਰਨ ਵਾਲਾ ਬਣਨ, ਇਨਸਾਨ ਵੀ ਸੱਚਾ ਪਿਆਰ ਦੇ ਵਿੱਚ ਰਹਿਣ, ਅਤੇ ਉਹ ਪਿਆਰ ਦਾ ਪ੍ਰਗਟਾਵਾ ਵਿਸ਼ਵਾਸ ਸੰਗਤ, ਅਤੇ ਵਿਸ਼ਵਾਸ ਸੰਗਤ ਦੀ ਸਭ ਤੋਂ ਛੋਟੀ ਝੁੰਡ ਜੋ ਹੈ ਪਰਿਵਾਰ ਜਾਂ ਹਾਂਬਰ, ਪਿਆਰ ਦੇ ਵਿੱਚ ਇੱਕ ਸਾਥ ਰਹਿਣ ਵਾਲਾ ਕੁਛ ਲੋਕ ਹੈ, ਇੱਕ ਆਤਮੀ ਔਰਤ, ਅਤੇ ਉਹਨਾਂ ਦੇ ਪਿਆਰ ਦੀ ਪ੍ਰਗਟਾਵਾ ਵਜੋਂ ਨਵਾਂ ਜੀਵਨ ਸੰਤਾਨ ਜੋ ਪੈਦਾ ਹੁੰਦਾ ਹੈ। ਇਹ ਪਾਕ ਤਸਲੀਸ ਖੁਦਾ ਦਾ ਪ੍ਰਤੀਬਿੰਬ ਹੈ, ਅਤੇ ਇਨਸਾਨ ਪਰਮੇਸ਼ਵਰ ਦਾ ਪ੍ਰਤੀਬਿੰਬ ਹੈ। ਇਸੇ ਕਰਕੇ ਅਸੀਂ ਇਹ ਵੀ ਗੱਲ ਸਮਝਣਾ ਹੈ ਖੁਦਾ ਦੇ ਬਾਰੇ ਜਾਣਨੇ ਕੇ ਲੀਏ ਅਸੀਂ ਆਪਣੇ ਬਾਰੇ ਜਾਣਨਾ ਵੀ ਜ਼ਰੂਰੀ ਹੈ। ਇਨਸਾਨ ਆਪਣੇ ਬਾਰੇ ਜੇਕਰ ਸਹੀ ਤਰੀਕੇ ਸੇ ਜਾਣਦਾ ਹੈ ਉਹ ਖੁਦਾ ਦੇ ਬਾਰੇ ਜਾਣ ਸਕਣਗੇ, ਕਿਉਂਕਿ ਜੋ ਇਨਫੀਨਿਟਲੀ ਪਰਫੈਕਟ ਜੋ ਖੂਬੀਆਂ ਖੁਦਾ ਦੇ ਵਿੱਚ ਹੈ, ਯਾਨੀ ਪੂਰਨਤਾ ਦੇ ਵਿੱਚ ਜੋ ਖੁਦਾ ਦੇ ਵਿੱਚ ਹੈ, ਉਹ ਅਪੂਰਨਤਾ ਦੇ ਵਿੱਚ ਇਨਸਾਨ ਦੇ ਵਿੱਚ ਹੈ।
ਕਿਉਂਕਿ ਅਸੀਂ ਪਰਮੇਸ਼ੁਰ ਦੀ ਹੀ ਰਚਨਾ ਹਾਂ, ਅਸੀਂ ਉਸ ਦੇ ਸੁਭਾਵ ਦੇ ਵਿੱਚ ਹੀ ਉਸਨੇ ਸਾਨੂੰ ਬਣਾਇਆ ਹੈ। ਹਾਂ, ਇਸ ਦੇ ਵਿੱਚ ਖਰਾਬੀ ਹੈ, ਇਹ ਭੁੱਲਣਾ ਨਹੀਂ, ਕਿਉਂਕਿ ਪਾਪ ਦੇ ਜ਼ਰੀਏ ਇਨਸਾਨ ਦੇ ਵਿੱਚ ਬਹੁਤ ਖਰਾਬੀ ਆ ਗਿਆ ਹੈ। ਜੋ ਸੱਚਾਈ ਹੈ, ਸੱਚਾ ਪਿਆਰ ਹੈ, ਇਸ ਦੇ ਵਿੱਚ ਪਾਪ ਆਪਣੇ ਬੁਰਾਈ ਦੀ ਜੋ ਅੰਸ਼ ਹੈ ਡਾਲਾ ਹੈ, ਤੋ ਪਿਆਰ ਵੀ ਹੁਣ ਗਲਤ ਚੀਜ਼ ਹੋ ਗਿਆ ਹੈ। ਲੋਕ ਸਮਝਦਾ ਹੈ ਪਿਆਰ ਵੀ ਗਲਤ ਹੈ, ਬੁਰਾ ਸਮਝਦਾ ਹੈ। ਤੋ ਸੱਚਾ ਪਿਆਰ ਪਰਮੇਸ਼ੁਰ ਦਾ ਪਿਆਰ ਹੈ, ਅਤੇ ਉਸੇ ਪਿਆਰ ਦੇ ਵਿੱਚ ਇਨਸਾਨ ਲੀਨ ਹੋਣਾ ਅਤੇ ਇਸ ਪਿਆਰ ਦੇ ਵਿੱਚ ਵੜਨਾ ਚਾਹੀਦਾ। ਤੋ ਇਹ ਪਿਆਰ ਦੀ ਸੰਗਠਨ ਜੋ ਹੈ, ਇੱਕ ਖੁਦਾ ਬਾਪ ਬੈਠਾ ਅਤੇ ਰੂਹ ਪਾਕ, ਉਹ ਆਪਸੀ ਪਿਆਰ ਦੀ ਏਕਤਾਈ ਦੇ ਵਿੱਚ ਰਹਿੰਦਾ ਹੈ। ਉਹ ਏਕਤਾਈ ਦੇ ਵਿੱਚ ਰਹਿ ਕੇ ਇਹ ਨਵੀਂ ਸ੍ਰਿਸ਼ਟੀ, ਨਵਾਂ ਕੰਮ ਹਰ ਵੇਲੇ, ਹਰ ਸੈਕਿੰਡ ਦੇ ਵਿੱਚ, ਅਸੀਂ ਕਹਿ ਸਕਦੇ ਹਰ ਦਮ ਉਹ ਕਰਦੇ ਰਹਿੰਦਾ ਹੈ। ਇਸੇ ਕਰਕੇ ਅਸੀਂ ਕਹਿੰਦਾ ਹੈ ਕਿ ਗੋਡ ਇਜ਼ ਐਵਰ ਕ੍ਰੀਏਟਿਵ, ਯਾਨੀ ਕੋਈ ਇਹੋ ਜਿਹਾ ਕੋਈ ਇੱਕ ਸੈਕਿੰਡ ਵੀ ਨਹੀਂ ਹੈ ਜਦੋਂ ਖੁਦਾ ਪਿਆਰ ਨਹੀਂ ਕਰਦਾ ਹੈ ਜਾਂ ਖੁਦਾ ਕੋਈ ਨਵੀਂ ਚੀਜ਼ ਬਣਾਉਂਦਾ ਨਹੀਂ ਹੈ। ਇਨਸਾਨ ਇਹਨਾਂ ਬਣੀਆਂ ਹੋਈਆਂ ਚੀਜ਼ਾਂ ਦੀ ਖੋਜ ਕਰ ਕਰਕੇ ਨਵੀਆਂ ਚੀਜ਼ਾਂ ਨੂੰ ਅਸੀਂ ਲੱਭਦੇ ਰਹਿੰਦੇ ਹਾਂ ਕਿ ਹਾਂਜੀ ਸੰਸਾਰ ਦੇ ਵਿੱਚ ਆ ਵੀ ਚੀਜ਼ ਹੈ, ਸੰਸਾਰ ਦੇ ਵਿੱਚ ਇਹ ਵੀ ਚੀਜ਼ ਹੈ। ਅਭੀ ਤੱਕ ਇਨਸਾਨ ਸੌਰੇ ਸੰਸਾਰ ਨੂੰ ਖੋਜ ਹੀ ਨਿਕਾਲਾ ਨਹੀਂ ਹੈ, ਅਤੇ ਆਪਣੇ ਜੀਵਨ ਕਾਲ ਮੇ ਕੋਈ ਇਨਸਾਨ ਇਸ ਸਭ ਨੂੰ ਸਮਝ ਨਹੀਂ ਪਾਏਗੇ, ਕਿਉਂਕਿ ਪਰਮੇਸ਼ੁਰ ਸਭ ਤੋਂ ਉੱਪਰ ਹੈ ਅਤੇ ਉਹ ਹਰ ਰੋਜ਼ ਇੱਕ ਨਵਾਂ ਸ੍ਰਿਸ਼ਟੀ, ਨਵੀਂ ਚੀਜ਼ ਬਣਾਉਂਦਾ ਹੈ। ਗੋਡ ਈਜ਼ ਲਵ, ਸੰਤ ਯੂਹੰਨਾ ਸਾਨੂੰ ਬਤਾਉਂਦਾ ਹੈ, ਪਰਮੇਸ਼ੁਰ ਪਿਆਰ ਹੈ ਅਤੇ ਇਸ ਪਿਆਰ ਦੀ ਸੰਗਠਨ ਹੈ ਬਾਪ, ਬੇਟਾ ਅਤੇ ਰੂਹ ਪਾਕ। ਪਰਮੇਸ਼ੁਰ ਦੇ ਪਿਆਰ ਦੇ ਸਦਕੇ ਹੀ ਉਸਨੇ ਸਾਨੂੰ ਬਣਾਇਆ ਹੈ ਅਤੇ ਉਹ ਚਾਹੁੰਦਾ ਹੈ ਸਾਡੇ ਲਈ, ਪਿਆਰ ਦੀ ਖਾਤਰ ਉਸਨੇ ਸਾਨੂੰ ਬਣਾਇਆ ਤਾਂ ਕਿ ਅਸੀਂ ਉਸੀ ਦੇ ਉਸ ਪਾਕ ਤਸਲੀਸ ਖੁਦਾ ਦੀ ਪਿਆਰ ਦੀ ਸੁਭਾਵਿਕ ਜਾਂ ਕੁਦਰਤੀ ਸੁਭਾਵ ਦੇ ਵਿੱਚ ਅਸੀਂ ਵੀ ਸ਼ਾਮਿਲ ਹੋ ਜਾਣ। ਇਸ ਨੂੰ ਸਾਡੇ ਇਸ ਜੀਵਨ ਕਾਲ ਦੇ ਬਾਅਦ ਵਿੱਚ ਹੀ ਅਸੀਂ ਪੂਰਨ ਤੌਰ 'ਤੇ ਅਨੁਭਵ ਕਰ ਸਕਣਗੇ, ਕਿਉਂਕਿ ਸਾਡੇ ਜੋ ਕਮੀਆਂ ਜਬ ਦੂਰ ਹੋ ਜਾਏਗਾ, ਪੂਰਨਤਾ ਅਸੀਂ ਪ੍ਰਾਪਤ ਕਰੇਗਾ ਜਦੋਂ ਸਾਡੇ ਆਤਮਾ, ਸਾਡੇ ਸਰੀਰ ਜੋ ਖਤਮ ਹੋਣ ਵਾਲੀ ਹੈ, ਇਸ ਨੂੰ ਉਹ ਛੱਡ ਕੇ ਜਦੋਂ ਜਾਏਂਗੇ, ਉਹ ਪੂਰਨ ਪਾਕ ਤਸਲੀਸ ਖੁਦਾ ਦੇ ਪਿਆਰ ਦੀ ਜੋ ਕਿਤਨਾ ਵੱਡਾ ਹੈ, ਕਿਤਨਾ ਉਸਦੀ ਡੂੰਘਿਆਈ, ਉਸਦੀ ਉਚਾਈ ਕਿਤਨਾ ਮਹਾਨ ਹੈ, ਇਸ ਨੂੰ ਤਦ ਹੀ ਅਸੀਂ ਸਮਝ ਪਾਏਂਗੇ। ਪਰ ਪੂਰਨ ਤੌਰ 'ਤੇ ਤਦ ਅਸੀਂ ਸਮਝੇਗਾ, ਤਾਂ ਹੁਣ ਅਸੀਂ ਇਸ ਨੂੰ ਆਪਣੇ ਆਪਣੇ ਸਮਝ ਦੇ ਮੁਤਾਬਿਕ ਸਮਝ ਸਕਦਾ ਹੈ। ਹਰੇਕ ਦੀ ਆਪਣੀ ਕਪੈਸਿਟੀ ਹੁੰਦਾ ਹੈ, ਕਈ ਗੱਲਾਂ ਕਈ ਲੋਕ ਜਲਦੀ ਸਮਝ ਸਕਦਾ ਹੈ ਅਤੇ ਕਈ ਲੋਕ ਜਿਤਨੇ ਮਰਜ਼ੀ ਕੋਸ਼ਿਸ਼ ਕਰੇ ਉਹ ਸਮਝਣੇ ਕੇ ਲੀਏ ਅਸਫਲ ਰਹਿੰਦਾ ਹੈ। ਤਾਂ ਸਾਡੇ ਸਮਾਜ ਵਿੱਚ ਬਹੁਤ ਲੋਕ ਹੈ ਜੋ ਪਰਮੇਸ਼ੁਰ ਕੇ ਬਾਰੇ, ਉਸਕੇ ਪਿਆਰ ਦੇ ਬਾਰੇ ਸਮਝ ਹੀ ਨਹੀਂ ਪਾਤੇ। ਕਾਰਨ ਇਹ ਹੈ, ਉਹਨਾਂ ਉੱਤੇ ਪਰਮੇਸ਼ੁਰ ਦੀ ਰੋਸ਼ਨੀ ਜੋ ਪਹੁੰਚਦਾ ਹੈ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਅੰਦਰ ਨਹੀਂ ਪਹੁੰਚਦਾ ਹੈ, ਉਹ ਬਾਹਰ ਨਿਕਲ ਜਾਂਦਾ ਹੈ। ਜਿਵੇਂ ਕਿ ਮੜਕਾ ਉਲਟਾ ਰੱਖੇ, ਉਸਦੇ ਵਿੱਚ ਪਾਣੀ ਭਰਨੇ ਦੀ ਕੋਸ਼ਿਸ਼ ਕਰੇਗਾ, ਪਾਣੀ ਜਿੰਨੇ ਮਰਜ਼ੀ ਪਾਓ, ਜੇ ਕੋਈ ਉਲਟਾ ਰੱਖਿਆ ਹੈ ਉਹ ਅੰਦਰ ਤੋਂ ਜਾਂਦਾ ਨਹੀਂ ਹੈ। ਮੀਂਹ ਤੋਂ ਆਉਂਦਾ ਹੈ ਪਰ ਪਾਣੀ ਨਹੀਂ ਅੰਦਰ ਜਾਂਦਾ। ਪਰਮੇਸ਼ੁਰ ਦੀ ਮਿਹਰ ਸਭ ਦੇ ਲਈ ਹੈ, ਪਰ ਜੋ ਆਪਣੀ ਮਰਜ਼ੀ ਦੇ ਨਾਲ ਪਰਮੇਸ਼ੁਰ ਦੀ ਖੋਜ ਕਰਦਾ ਹੈ, ਸੱਚਾਈ ਦੀ ਖੋਜ ਕਰਦਾ ਹੈ, ਉਹਨਾਂ 'ਤੇ ਹੀ ਇਹ ਸੱਚਾਈ ਪ੍ਰਗਟ ਹੁੰਦਾ ਹੈ। ਇਹ ਦੂਸਰੇ 'ਤੇ ਪ੍ਰਗਟ ਕਰਾਉਣ ਦੀ, ਦੂਸਰਿਆਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਹਰੇਕ ਨੂੰ ਹੈ। ਜਿਨ੍ਹਾਂ ਨੂੰ ਸਮਝ ਮੈਂ ਆ ਗਿਆ, ਉਹਨਾਂ ਦੀ ਜ਼ਿੰਮੇਵਾਰੀ ਬਣਦਾ ਹੈ ਕਿ ਪਰਮੇਸ਼ੁਰ ਦੇ ਮਹਾਨ ਪਿਆਰ ਦੇ ਬਾਰੇ ਦੂਸਰਿਆਂ ਨੂੰ ਸਮਝਾਵੇ। ਅਤੇ ਅਸੀਂ ਇਹ ਗੱਲ ਸਮਝਣਾ ਹੈ, ਪਰਮੇਸ਼ੁਰ ਬਾਪ, ਬੇਟਾ, ਰੂਪਾਕ, ਉਹ ਅਲੱਗ ਅਲੱਗ ਖੁਦਾ ਨਹੀਂ, ਇੱਕੋ ਖੁਦਾ ਹੈ ਅਤੇ ਉਹਨਾਂ ਦੇ ਜੋ ਕੰਮ ਕਰਨ ਦੀ ਤਰੀਕਾ ਹੈ, ਜੋ ਉਦੇਸ਼ ਹੈ, ਉਹ ਅਲੱਗ ਅਲੱਗ ਨਹੀਂ ਹੈ, ਉਹ ਇੱਕ ਹੀ ਮਕਸਦ ਨਾਲ ਹੀ ਉਹ ਕੰਮ ਕਰਦਾ ਹੈ। ਖੁਦਾ ਬਾਪ ਨੇ, ਪਿਤਾ ਨੇ ਜਦੋਂ ਬਣਾਇਆ, ਇੱਕ ਹੀ ਉਦੇਸ਼ ਦੇ ਨਾਲ ਬਣਾਇਆ ਹੈ। ਜਦੋਂ ਬੈਠੇ ਨੇ ਮੁਕਤੀ ਦਿਵਾਉਣ ਲਈ, ਮਨੁੱਖ ਬਣ ਕੇ ਸਾਡੇ ਖਾਤਰ ਦੁੱਖ ਸਹਿ ਕੇ ਸੂਲੀ ਉੱਤੇ ਮਰ ਗਿਆ ਅਤੇ ਫਿਰ ਜੀ ਉੱਠਿਆ, ਇੱਕੋ ਉਦੇਸ਼ ਸੀ, ਮਨੁੱਖ ਜਾਤੀ ਦੀ ਮੁਕਤੀ, ਯਾਨੀ ਇੱਕ ਪਰਮੇਸ਼ੁਰ ਦੇ ਇਸ ਪਾਕ ਤਸਲੀ ਖੁਦਾ ਦੇ ਵਿੱਚ ਦੁਬਾਰਾ ਸਾਨੂੰ ਸਾਂਝ ਕਰਾਏ। ਅਤੇ ਰੂਹ ਪਾਕ, ਜਿਸ ਨੂੰ ਪ੍ਰਭੂ ਯੇਸ਼ੂ ਨੇ
ਖੁਦਾ ਬਾਪ ਕੋਲੋਂ ਸਾਡੇ ਲਈ ਕਰ ਦਿੱਤਾ ਹੈ ਜਾਂ ਬਾਪ ਬੇਟੇ ਦੋਨਾਂ ਨੇ ਸਾਨੂੰ ਉਸਦੇ ਪਿਆਰ ਸਾਡੇ ਕੋਲ ਕਰ ਦਿੱਤਾ ਹੈ। ਉਹ ਪਵਿੱਤਰ ਆਤਮਾ ਜੋ ਵੀ ਕੰਮ ਕਰਦਾ ਹੈ ਇੱਕ ਹੀ ਮਕਸਦ ਨਾਲ ਕੰਮ ਕਰਦਾ ਹੈ ਕਿ ਸਭ ਇਸ ਪਾਕ ਤਸਲੀ ਖੁਦਾ ਦੀ ਏਕਦਾਈ ਦੇ ਵਿੱਚ ਸਾਂਝੀਦਾਰ ਹੋ ਜਾਣ, ਪਰਮੇਸ਼ੁਰ ਦੇ ਇਸ ਕਮਿਊਨੀਅਨ ਦੇ ਵਿੱਚ ਉਹਦੇ ਪਿਆਰ ਦੇ ਵਿੱਚ ਸਾਂਝੀਦਾਰ ਹੋਣਾ। ਇਹੋ ਜਿਹਾ ਇੱਕ ਸੰਗਤ ਬਣਾਉਣਾ ਚਾਹੀਦਾ, ਇਹੀ ਹੈ ਕਲੀਸੀਆ। ਇਸ ਉਮੀਦ ਰੱਖੇ ਅੱਗੇ ਚੱਲਣ ਵਾਲਾ ਵਿਸ਼ਵਾਸ ਸੰਗਤ ਹੈ, ਪਿਆਰ ਦੀ ਏਕਤਾਈ ਦੇ ਵਿੱਚ ਰਹਿਣ ਵਾਲਾ ਵਿਸ਼ਵਾਸ ਸੰਗਤ ਹੈ ਕਲੀਸੀਆ। ਇਸੀ ਕਰਕੇ ਆਪਸੀ ਪਿਆਰ, ਆਪਸੀ ਏਕਤਾ ਤੋਂ ਅਲੱਗ ਅਲੱਗ ਪ੍ਰਿੰਸੀਪਲ ਜਾਂ ਅਲੱਗ ਅਲੱਗ ਤਰੀਕੇ ਦੇ ਨਾਲ ਨਹੀਂ। ਤੋ ਪਰਮੇਸ਼ੁਰ ਨੇ ਆਪਣੀ ਮਹਿਮਾ ਸਾਡੇ 'ਤੇ ਪ੍ਰਗਟ ਕੀਤਾ। ਸੰਤ ਪੌਲਸ ਨੇ ਅਫਸਿਆਂ ਦੀ ਪਹਿਲੇ ਬਾਬ ਦੇ ਵਿੱਚ ਉਸਦੇ 4-5 ਵਿੱਚ ਕਹਿੰਦਾ ਕਿ ਪਰਮੇਸ਼ੁਰ ਨੇ ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਸਾਨੂੰ ਚੁਣ ਲਿਆ ਹੈ, ਆਪਣੇ ਬੇਟੇ ਯੇਸ਼ੂ ਮਸੀਹ ਦੇ ਵਿੱਚ ਸਾਨੂੰ ਖੁਦਾ ਨੇ ਆਪਣੀ ਸੰਤਾਨ ਬਣਾਉਣ ਦੇ ਲਈ ਚੁਣ ਲਿਆ ਹੈ। ਅਤੇ ਇਸ ਦੇ ਕਰਕੇ ਅੱਗੇ ਚੱਲ ਕੇ ਸੰਤ ਪੌਲਸ ਬਤਾਏਗਾ ਇਹ ਸਾਰੇ ਕੰਮ ਪਰਮੇਸ਼ੁਰ ਦੀ ਮਹਿਮਾ ਦੇ ਲਈ ਹੈ। ਤਾਂ ਜਦੋਂ ਅਸੀਂ ਪਰਮੇਸ਼ੁਰ ਦੇ ਸੰਤਾਨ ਬਣਨਗੇ ਪਰਮੇਸ਼ੁਰ ਦੀ ਮਹਿਮਾ ਹੋਰ ਵੱਧ ਜਾਂਦੇ ਹੈ। ਅਭੀ ਸੰਤਾਨ ਨਹੀਂ ਹੈ ਜਿਹਦਾ ਬਪਤਿਸਮਾ ਨਹੀਂ ਹੋਇਆ, ਜਾਂ ਵਿਸ਼ਵਾਸ ਦੇ ਵਿੱਚ ਪ੍ਰਭੂ ਯੇਸ਼ੂ ਦੇ ਨਾਲ ਇੱਕ ਨਹੀਂ ਹੋਇਆ, ਜਿਨ੍ਹਾਂ ਨੂੰ ਪਵਿੱਤਰ ਆਤਮਾ ਨੂੰ ਵਰਦਾਨ ਦੇ ਤੌਰ 'ਤੇ ਮਿਲਿਆ ਨਹੀਂ ਹੈ, ਉਹ ਪੂਰਨ ਤੌਰ 'ਤੇ ਪਰਮੇਸ਼ੁਰ ਦੇ ਸੰਤਾਨ ਬਣੀਆਂ ਨਹੀਂ ਹੈ। ਅਤੇ ਉਸਦਾ ਕਾਰਨ ਇਹੀ ਸੀ, ਪਾਪ ਵਿੱਚ ਮੈਂ ਆ ਗਿਆ। ਤੋ ਇਸ ਪਾਪ ਤੋਂ ਬਚਾ ਕੇ ਦੁਬਾਰਾ ਸਾਨੂੰ ਪਰਮੇਸ਼ੁਰ ਦੇ ਸੰਤਾਨ ਬਣਾਉਣ ਦੀ ਇਹ ਰੀਤ ਹੀ ਹੈ, ਵਿਸ਼ਵਾਸ ਦੇ ਨਾਲ ਬਪਤਿਸਮਾ ਸਵੀਕਾਰ ਕਰਨਾ। ਅਤੇ ਬਪਤਿਸਮਾ ਸਵੀਕਾਰ ਕਰਨ ਵਾਲਿਆਂ ਨੂੰ ਸੰਤ ਪੱਤਰਸ ਨੇ ਆਪਣੇ ਪ੍ਰਚਾਰ ਦੇ ਵਿੱਚ ਇਹ ਬਤਾਇਆ ਹੈ, ਜੇਕਰ ਤੁਸੀਂ ਆਪਣੇ ਪਾਪਾਂ ਦੇ ਲਈ ਪਛਤਾਓਗੇ, ਬਪਤਿਸਮਾ ਸਵੀਕਾਰ ਕਰੋਗੇ, ਪਰਮੇਸ਼ੁਰ ਨੇ ਤੁਹਾਨੂੰ ਵਰਦਾਨ ਦੇ ਤੌਰ 'ਤੇ ਆਪਣੇ ਰੂਹ ਪਾਕ ਤੁਹਾਨੂੰ ਦੇਵੇਗਾ। ਤੋ ਪਰਮੇਸ਼ੁਰ ਦੀ ਆਤਮਾ ਸਾਡੇ ਅੰਦਰ ਨਿਵਾਸ ਕਰਦਾ ਹੈ। ਤੋ ਪਰਮੇਸ਼ੁਰ ਦੀ ਆਤਮਾ ਸਾਡੇ ਅੰਦਰ ਨਿਵਾਸ ਕਰਦਾ ਹੈ ਤੋ ਫਿਰ ਬਾਪ ਬੇਟੇ ਕਹਾਂ ਹੈ? ਪ੍ਰਭੂ ਯੇਸ਼ੂ ਨੇ ਇਸੇ ਕਰਕੇ ਦੱਸਿਆ ਹੈ, ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਜੇਕਰ ਤੁਸੀਂ ਮੇਰੀ ਆਗਿਆਵਾਂ ਨੂੰ ਮੰਨਦੇ ਹੋ, ਮੇਰਾ ਬਾਪ ਤੁਹਾਨੂੰ ਪਿਆਰ ਕਰੇਗਾ, ਉਹ ਅਤੇ ਮੈਂ ਤੁਹਾਡੇ ਨਾਲ ਆ ਕੇ ਰਹਾਂਗਾ। ਦੇਖੋ, ਤੁਹਾਡੇ ਅੰਦਰ ਨਿਵਾਸ ਕਰਨ ਵਾਲਾ। ਤੋ ਪਰਮੇਸ਼ੁਰ ਪਾਕ ਤਸਲੀ ਖੁਦਾ ਜਿਹਦੇ ਵਿੱਚ ਅਸੀਂ ਜਿਉਂਦੇ ਹਾਂ, ਜਿਸਨੇ ਸਾਨੂੰ ਆਪਣੇ ਲਈ ਹੀ ਬਣਾਇਆ ਹੈ, ਆਪਣੇ ਮਹਿਮਾ ਪ੍ਰਗਟ ਕਰਨ ਦੇ ਲਈ ਬਣਾਇਆ ਹੈ, ਉਹ ਪਰਮੇਸ਼ੁਰ ਸਾਡੇ ਅੰਦਰ ਰਹਿਣਾ ਵੀ ਪਸੰਦ ਕਰਦਾ ਹੈ। ਤੋ ਉਹ ਪਾਕ ਤਸਲੀ ਖੁਦਾ ਸਾਡੇ ਅੰਦਰ ਹੈ। ਬਪਤਿਸਮੇ ਦੇ ਵਿੱਚ ਅਸੀਂ ਪ੍ਰਭੂ ਯੇਸ਼ੂ ਦੇ ਵਿੱਚ ਜਿਵੇਂ ਕਿ ਪਾਣੀ ਦੇ ਵਿੱਚ ਡੁੱਬ ਗਿਆ ਹੈ, ਇਹ ਪਾਣੀ ਦੇ ਵਿੱਚ ਨਹੀਂ, ਪਾਕ ਤਸਲੀ ਖੁਦਾ ਦੇ ਵਿੱਚ ਅਸੀਂ ਡੁੱਬ ਗਏ ਹਾਂ। ਅਤੇ ਉਸ ਦੇ ਅੰਦਰ ਰਹਿ ਕੇ ਉਸ ਦੀ ਪਿਆਰ ਦੀ ਅਨੁਭਵ ਚੱਕ ਕੇ ਸਾਡੇ ਅੰਦਰ ਜੋ ਹੈ ਪਰਮੇਸ਼ੁਰ ਦੀ ਸੁਭਾਵ ਨੂੰ ਅਸੀਂ ਬਣਾਉਣਾ ਹੈ। ਤੋ ਸਾਡੇ ਅੰਦਰ ਪਾਕ ਤਸਲੀ ਖੁਦਾ ਰਹਿੰਦਾ ਹੈ, ਸਾਡੇ ਅੰਦਰ ਰਹਿਣ ਵਾਲੇ ਪਾਕ ਤਸਲੀ ਖੁਦਾ ਦੀ ਖੂਬੀਆਂ ਜੋ ਹੈ ਇਸਨੂੰ ਬਣਾਉਣਾ ਹੈ, ਤਦ ਇਨਸਾਨ ਸੰਤ ਸੰਦਨੀਆਂ ਬਣਦਾ ਹੈ। ਪਰਮੇਸ਼ੁਰ ਦੇ ਸੁਭਾਵ ਜੋ ਇਨਸਾਨ ਦੀ ਕਮਜ਼ੋਰ ਸੁਭਾਵ ਨੂੰ ਬਦਲ ਕੇ ਦੇਵੀ ਸੁਭਾਵ ਦੇ ਨਾਲ ਜਦੋਂ ਬਦਲ ਜਾਂਦਾ ਹੈ ਉਹ ਸੰਤ ਅਤੇ ਸੰਦਨੀਆਂ ਬਣਦਾ ਹੈ। ਛੋਲਾ ਪਾਉਣ ਦੇ ਨਾਲ ਕੋਈ ਸੰਤ ਨਹੀਂ ਬਣਦਾ ਹੈ, ਦਾੜੀ ਲੰਮਾ ਕਰਨ ਨਾਲ ਕੋਈ ਸੰਤ ਨਹੀਂ ਬਣਦਾ ਹੈ, ਵਾਲ ਲੰਮਾ ਕਰਨ ਨਾਲ ਸੰਤ ਨਹੀਂ ਬਣਦਾ ਹੈ, ਕੋਈ ਵਿਸ਼ੇਸ਼ ਕੱਪੜਾ ਜਾਂ ਕੋਈ ਚੀਜ਼ ਪਾਉਣ ਦੇ ਨਾਲ ਕੋਈ ਸੰਤ ਨਹੀਂ ਬਣਦਾ। ਸੰਤ ਬਣਨਾ ਹੈ ਪਰਮੇਸ਼ੁਰ ਦੀ ਮੌਜੂਦਗੀ ਅੰਦਰੋਂ ਇਨਸਾਨ ਨੂੰ ਬਦਲ ਡਾਲਣਾ ਹੈ। ਇਨਸਾਨ ਦੇ ਅੰਦਰ ਹੀ ਪਰਮੇਸ਼ੁਰ ਰਹਿੰਦਾ ਹੈ। ਤੋ ਇਸੇ ਕਰਕੇ ਪਾਕ ਤਸਲੀ ਖੁਦਾ ਦੀ ਇਸ ਪਿਆਰ ਨੂੰ ਅਨੁਭਵ ਕਰਨਾ, ਇਸ ਪਿਆਰ ਦੇ ਵਿੱਚ ਬੜੇ ਹੋਣਾ, ਆਪਣੇ ਆਪ ਦੇ ਵਿੱਚ ਸੀਮਿਤ ਰਹਿਣ ਵਾਲਾ ਨਹੀਂ। ਅਸੀਂ ਇਹ ਦੇਖਿਆ ਇਹ ਚੰਗਾ ਨਹੀਂ ਹੈ ਕਿ ਇਨਸਾਨ ਅਕੇਲਾ ਰਹੇ। ਅਕੇਲਾਪਨ ਪਰਮੇਸ਼ੁਰ ਦਾ ਸੁਭਾਵ ਨਹੀਂ ਹੈ। ਅਕੇਲਾਪਨ ਇਨਸਾਨ ਨੂੰ ਨਿਰਾਸ਼ ਬਣਾਉਂਦਾ ਹੈ, ਉਹ ਆਤਮ ਹੱਤਿਆ ਦੇ ਲਈ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹ ਅਕੇਲਾਪਨ ਮਹਿਸੂਸ ਕਰਦਾ ਹੈ, ਸੋਚਦਾ ਹੈ ਕਿ ਮੇਰਾ ਕੋਈ ਨਹੀਂ ਹੈ, ਮੈਨੂੰ ਕੋਈ ਪਿਆਰ ਨਹੀਂ ਕਰਦਾ ਹੈ, ਇਸ ਤਰ੍ਹਾਂ ਸੋਚਦਾ। ਕਿਉਂ? ਕਿਉਂਕਿ ਉਹ ਅਕੇਲਾਪਨ ਅਕੇਲਾ ਹੈ, ਅਕੇਲਾ ਹੋਣਾ ਬਹੁਤ ਮੁਸ਼ਕਿਲ ਹੈ। ਪਰ ਇਨਸਾਨ ਅਕੇਲਾ ਨਹੀਂ, ਪਰਮੇਸ਼ੁਰ ਦੀ ਇਹ ਪਿਆਰ ਦੀ ਜੋ ਸੰਗਠਨ ਹੈ, ਬਾਪ ਬੈਠਾ ਅਤੇ ਰੂਹ ਪਾਕ ਉਹਦੇ ਨਾਲ ਹੈ। ਜਦੋਂ ਇਨਸਾਨ ਇਹ ਅਨੁਭਵ ਕਰਦਾ ਹੈ, ਆਤਮੀ ਅਤੇ ਔਰਤ ਵਿਆਹ ਦਾ ਜੀਵਨ ਨੂੰ ਤਿਆਗ ਕੇ ਇਸ ਪਿਆਰ ਦੀ ਸੰਗਠਨ ਦੇ ਵਿੱਚ ਲੀਨ ਹੋ ਕੇ ਅਕੇਲਾਪਨ ਦੇ ਵਿੱਚ ਜ਼ਿੰਦਗੀ ਬਿਤਾਏਗਾ, ਪਰ ਅਕੇਲਾਪਨ ਮਹਿਸੂਸ ਕਰਦੇ ਹੋਏ ਨਹੀਂ,
परमेश्वर की मौजूदगी अनुभव करते हुए वो प्यार फिर बढ़ जाता है। ये है बुलाहट, उच्च बुलाहट जिदे राही परमेश्वर की अते लोकां दी सेवा करन लई असी बोलदा बुलाहट आउंदा है। तो परिवारिक जीवन ही पाक तसलीस खुदा नूं प्रगट करता है। उस दे नाल कलीसिया दे विच कुछ लोगों नूं परमेश्वर चुन भी लैंदा है कि वह परमेश्वर दी उस प्यार अपने विच सीमित रह के उस प्यार नाल सब नूं प्यार करन अते सब दी सेवकाई दे विच। तो संत पौलुस ने सानूं ये बताया कि एक ही आत्मा वख वख जो जिम्मेवारियां लोगों नूं दिंदा है अते कईआं नूं अपने परिवारिक जीवन नूं छड़ के पूर्ण तौर पर प्रभु दी अते लोगों दी सेवा दे विच अपने आप नूं लगाउण दे लई भी परमेश्वर प्रेरणा दिंदा है। वो आत्मा है, परमेश्वर दी आत्मा खुदा बाप इत्थे बैठा ते रूपाक उन्हां दी प्यार दी प्रगटावा इन्हां लोगों दे विच हुंदा है। तो यही सबके लिए बुलाहट है, सब लोगों नूं परमेश्वर ने इसलिए बुलाया, परमेश्वर दे प्यार अनुभव करदे होए ये जिंदगी बिताना है। तो परमेश्वर दी प्रगटावा इसी दे विच है कि जब परमेश्वर ने सब कुछ बनाया वो भी परमेश्वर पाप बैठे रूपाक दी कम है। जदों मुक्ति दा कम जदों इंसान पाप करके परमेश्वर तो अलग हो गया, पाप बैठे रूपाक ने इंसान नूं बचाउण दे लई वो पूरा इंतजाम करता है। पर ये बेटा है जो मनुख बनता है, पाप ते रूपाक बेटे दे नाल है उन्हां दे हर कम दे विच, जिवें कि असीं वेखदा है कि जदों जिब्राइल फरिश्ता आके ये संदेश दिंदा है, बाप दी संदेश जिब्राइल फरिश्ता दिंदा है, रूपाक तेरे ते आउणगे अते बेटा उस दे विच रूप धारण करनगे अते जन्म लेणगे। संत पौलुस बदेगा एक औरत तो उसने जन्म लिया है। अते इसी तरह जदों प्रभु येशु दे बपतिस्मा यरदन दरिया दे विच होया, खुदा बाप अते पवित्र आत्मा कबूतर दी तरह प्रभु येशु ते आ गया, पाक तसलीस खुदा दे प्रगटावा यह मरोहता है। जिस तरीके दे नाल जदों प्रभु येशु दे रूपांतरण होया है उस वेले खुदा बाप ने अपने आवाज़ दे नाल दिता कि मेरा प्यारा पुत्र है इसकी सुनो, अते प्रभु येशु जिस नाल मूसा अते एलिया नवी गलबात कर रहा सी अते बदल जो पवित्र आत्मा दी चिन्ह है वह बदल उन्हां ते छाया करता सी। पूरे बाइबल दे विच असीं वेखदे हाँ कि पाक तसलीस खुदा दा सारा काम जो है। ते हुण जो बैठा ते रूपाक ने अपने जो काम कीता है वो जारी रखता है, कौन किस तरह चलता है, ये कलीसिया है। कलीसिया दे विच खुदा बाप बैठा ते रूपाक अपने काम नूं होर अगे ले चलता है ताकि आखिरी इंसान तक खुदा दी जो खूबियां हैं ये पहुँच सकन अते हर इंसान परमेश्वर दे इस प्यार दे सांझीदार होके परमेश्वर दी महिमा दे अनुभव कर सकन। ये परमेश्वर दा उद्देश है अते इस उद्देश दे नाल चलन दे लई असी ये कोशिश करना चाहिदा है। तो इसी करके बाप बेटा ते रूपाक ये लोग अलग अलग काम करन वाले नहीं, एको खुदा है अते वो सब मिलके सारा काम करदा है। तो इसी करके जब असी खुदा बाप दी महिमा करदा है उदों बेटे ते रूपाक नाराज नहीं हुंदा है, क्योंकि बाप दी महिमा करना बेटे ते रूपाक दी महिमा करने दी बराबर है। जदों पुत्र दी बेटे दी महिमा करदा है उदों बाप और रूपाक ते भी महिमा हुंदा है। जदों पवित्र आत्मा दी महिमा है उदों बाप अते बेटे दी भी महिमा नाल नाल हुंदा है। तो वो एक ही स्वभाव है, ये अलग अलग व्यक्ति है, एक खुदा है अते वो एक साथ ही सारा काम करदा है। तो इसी करके ये जो कम्यूनियन है, इसी तरह ही मैं बताया एक परिवार दे लई कोई खुशखबरी आएगा वो कल्ले खुशी बाप दे लई या बेटे दे लई या माँ के लिए नहीं है, परिवार दे लई जो खुशी है वो सारे परिवार दे लई खुशी है, सब खुशी मनाएगा। तो कलीसिया दे लई खुशी है, ये सब कलीसिया मिल के खुशी मनाउंदा है। प्रभु येशु दे जो जन्म देण दा खुशी, क्रिसमस दी त्यौहार, ईस्टर दी त्यौहार, महान संत लोगां दी त्यौहार, ये सब सारे कलीसिया मिल के खुशी मनाउंदा है। सुर्ग दे विच फरिश्तियां खुशियां मनाउंदा है, परमेश्वर दे हजूरी दे विच सारे खुशियां मनाउंदा है। तो एक नवा जीवन नवा संदान कलीसिया दे विच शामिल हुंदा है, सारे कलीसिया खुश हुंदा है। एक व्यक्ति जदों विश्वास स्वीकार करता है सारे कलीसिया खुश हुंदा है। ये परमेश्वर जो है, परमेश्वर दे प्यार है, ये साढ़े अंदर रखना है, इसनों बढ़ाना है ते इस तरह ही होर लोगों नूं परमेश्वर दे प्यार दे विच लियाउण लई कोशिश करना है। संदनी एलिसबत ऑफ द ट्रिनिटी, एलिसबत ऑफ द ट्रिनिटी नाम दी या
पाक तसली खुदा दे संदनी एलिसबत वो अपने जीवन काल दे विच प्रार्थना दे रूप में वो ये पाक तसली खुदा दी फेद उत्ते विचार करके मन चिंतन करके इस दी गहराई दे विच उसने प्यार दी भरपूरता अनुभव किया है। पाक तसली खुदा जब बाप दे बारे सोचता है कितने महान प्यार दया ये दे बारे सोचता है तद पुत्र दे बारे विचार आता है। पुत्र दे बारे जब विचार करना शुरू करता है बाप दे बारे ते रूपाक दे बारे विचार आता है। जब पवित्र आत्मा दे बारे विचार करेगा वो रूपाक पुत्र अते बाप दे वल सानू ले चलता। तो ये जो आपसी प्यार दी संगठन है एकदाई है इस एकदाई दे विच ही प्रभु ने सानू भी बुलाया। तो असी आज विशेष करके अपने आप नू इस पाक तसली खुदा दे अगे सौंपना है क्योंकि असी नहीं समझ सकता है कि असी पूर्ण तौर पर पाक तसली खुदा नू हाँ हुण समझ में आ गया। मैं तुहानू पूछा कि तुहानू सब समझ में आ गया पाक तसली खुदा बारे सब कुछ पता लग गया तो बोला हाँ जी फादर जी सब कुछ समझ में आ गया। मैं नहीं मनता क्योंकि मैं खुद पूर्ण तौर पर पाक तसली खुदा नू समझ नहीं पाते। कोई इंसान नहीं समझ पाते तो कोई भी इसनों पूर्ण तौर पर नहीं समझ पाते पर असी इतना तो समझना है कि खुदा प्यार है अते सानू भी प्यार दे लई ही बुलाया गया है। परमेश्वर दे इसे प्यार दे विच असी रहना है अते प्यार बाप बैठे रूपाक दी एकदाई है ते ओ साढ़े अंदर रह के साढ़े विच भी उस प्यार नू दूसरों तक पहुँचाना चाहुंदा है। ते असी इसी करके अपने आप नू परमेश्वर दे हवाले करिए कि ओही सानू समझा सकता है ओही सानू आगे ले जा सकता है। जेकर असी परमेश्वर नू प्यार करते हाँ परमेश्वर साढ़े अंदर निवास करेगा। जेकर असी परमेश्वर नू प्यार करते हाँ परमेश्वर दे प्यार सानू दूसरियां नू प्यार करन दे लई काबिल बनाएगा ते यही साढ़े लई सुरक्षा है। परमेश्वर दी मौजूदगी हर शैतानी ताकतां नू साढ़े तो दूर करेगा। परमेश्वर दे प्यार है तो फिर बाकी सारे बुराई खत्म हो जाएगा। नाराजगी लड़ाई झगड़ा ईरखा गुस्सा ये सारे चीज़ां तद ही आउंदा है जदों परमेश्वर दे प्यार खत्म हो जाते खत्म हो जाते हैं। वो सब मजबूत होकर इंसान झगड़ना शुरू करता है लड़ाई झगड़ा तक पहुँचाउंदा है एक दूसरे दे दुश्मन बना लेंदा है। तो परमेश्वर प्यार है बाप बैठे रूपाक दी आपसी प्यार दी तरह इंसान समाज विच भी आपसी प्यार दी एकता नाल रह के साढ़े प्रभु साढ़े सृजनहार परमेश्वर की महिमा करना है। अब असी इसी उद्देश दे नाल प्रार्थना करिए। प्यारे प्रभु जी असी तेरा धन्यवाद ते शुक्र करते हाँ ये जो वड्डा भेद है इसनों समझण दे लई प्रभु जी साड़ी मदद कर तेरी रोशनी हर रोज़ सानू होर ज़्यादा समझावे अते तेरे प्यार नू हर रोज़ असी महसूस करिए ते साड़े जो जीवन है परिवारिक जिंदगी है विश्वास संगत दे विच जो जीवन है प्यारे प्रभु ये प्यार दी आपसी प्यार दी एकता दी एक चिन्ह अते प्रतिबिंब बन जान उस दे लई प्रभु जी आशीष दे। अज दे तेरे वचन सुनन वाले सारे लोगों नू उन्हां दे परिवार नू प्यारे प्रभु तेरे अगे सौंपदे हाँ उन्हां सब नू आशीष दे बरकत दे हर बुराई दे विचों बचा के रख। जिन्हां नू बीमार है प्रभु जी उन्हां नू आशीष दे चंगियाई दे हर परेशानी दूर कर दे। प्यारे प्रभु तू प्यार है उसे प्यार दे नाल सब नू भरपूर कर। असी ये मंगदे हम अपने प्रभु यीशु मसीह राहीं पूरी कुदरत वाले खुदा बाप ते बेठा ते रूपाक ते आशीष तुहाडे ते होवे आमीन। सारिआं नू जय श्री।